ਸਕਾਟਲੈਂਡ ਦੀ ਧਰਤੀ ਤੇ ਪੰਜਾਬੀਅਤ ਦੇ ਸ਼ੂਕ ਦੇ ਦਰਿਆ ਵਰਗਾ ਨਾਮ ਅੱਜ ਦਰਿਆ ਅੱਜ ਦਰਿਆ ਜੀ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਅੱਜ ਜੀ ਦੋਸਤੋ ਨਿੰਦਰ ਕੁ ਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਕਰੋ ਪ੍ਰਵਾਨ ਖਬਰਾਂ ਦੇ ਪਹਿਲੇ ਹਿੱਸੇ 'ਚ ਤੁਹਾਡਾ ਨਿੱਘਾ ਸਵਾਗਤ ਸਭ ਤੋਂ ਪਹਿਲਾਂ ਚੌਣਵੀਆਂ ਖਬਰਾਂ ਖਬਰ ਆਈ ਹੈ ਨਵੀਂ ਦਿੱਲੀ ਤੋਂ ਪੰਜਾਬ ਕਾਂਗਰਸ ਦਾ ਸੰਕਟ ਹੱਲ ਕਰਨ ਲਈ ਕੇਂਦਰੀ ਕਮਾਂਡ ਕਾਂਗਰਸ ਪੱਬਾਂ ਭਾਰ ਹੋਈ ਪਈ ਹੈ ਖਬਰਾਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਬੁਲਾ ਲਿਆ ਗਿਆ ਤੇ ਦਿੱਲੀ ਤੋਂ ਪਰਤ ਰਹੇ ਨਵਜੋਤ ਸਿੰਘ ਸਿੱਧੂ ਨੂੰ ਦਿੱਲੀ ਰੋਕਣ ਲਈ ਆਖਿਆ ਗਿਆ ਹੈ ਰਿਪੋਰਟਾਂ ਚ ਕਿਹਾ ਗਿਆ ਹੈ ਕਿ ਕਾਂਗਰਸ ਹਾਈ ਕਮਾਂਡ ਕੈਪਟਨ ਤੇ ਸਿੱਧੂ ਦੋਵਾਂ ਨੂੰ ਇਕੱਠਿਆਂ ਬਿਠਾਉਣਾ ਚਾਹੁੰਦੀ ਹੈ ਤੇ ਉਧਰੋਂ ਸਿੱਧੂ ਤੇ ਕੈਪਟਨ ਇੱਕ ਦੂਸਰੇ ਦਾ ਮੂੰਹ ਵੇਖਣ ਲਈ ਤਿਆਰ ਨਹੀਂ। ਅੱਜ ਸਿੱਧੂ ਨੇ ਬਿਜਲੀ ਮੁੱਦੇ ਉੱਤੇ ਟਵੀਟ ਕਰਕੇ ਕੈਪਟਨ ਸਰਕਾਰ ਦੀ ਫਿਰ ਤੋਂ ਆਲੋਚਨਾ ਕੀਤੀ ਹੈ। ਭਰੋਸੇਯੋਗ ਸੂਤਰ ਕਹਿੰਦੇ ਆ ਕਿ ਹਾਈ ਕਮਾਂਡ ਵੱਲੋਂ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇਣ ਲਈ ਮਨ ਬਣਾ ਲਿਆ ਗਿਆ ਹੈ ਪਰ ਕੈਪਟਨ ਖੇਮਾ ਕੈਪਟਨ ਦੇ ਆਖੇ ਉੱਤੇ ਸਿੱਧੂ ਨੂੰ ਪ੍ਰਦਾਨ ਮੰਨਣ ਲਈ ਰਾਜ਼ੀ ਨਹੀਂ ਹੋਵੇਗਾ। ਕੈਪਟਨ ਦੇ ਲੰਚ ਤੇ ਸੱਦੇ ਬਾਗੀ ਜਾਂ ਨਾਰਾਜ ਕਾਂਗਰਸੀਆਂ ਦੇ ਮਨ ਨੂੰ ਕੈਪਟਨ ਨੇ ਮੋਲ ਹੈ ਕੈਪਟਨ ਹਰੇਕ ਕਾਂਗਰਸੀ ਨੂੰ ਅੰਤਾਂ ਦੇ ਆਦਰ ਤੇ ਮੋਹ ਨਾਲ ਮਿਲ ਰਹੇ ਨੇ ਅੱਜ ਵੀ ਕੈਪਟਨ ਨੇ ਮਿਲਾਮਲਾਈ ਦੀ ਕਵਾਇਦ ਜਾਰੀ ਰੱਖੀ ਵਿੱਚੋਂ ਵਿੱਚ ਕਿਹਾ ਗਿਆ ਕਿ ਸਿੱਧੂ ਨੂੰ ਚੋਣ ਮਹਿਮ ਦਾ ਮੁਖੀ ਲਾਇਆ ਜਾਏਗਾ ਤੇ ਸਿੱਧੂ ਨੇ ਇਸ ਨੂੰ ਕਾਂਗਰਸ ਹਾਈ ਕਮੰਡ ਕੋਲ ਨਾਮਨਜ਼ੂਰ ਕੀਤਾ ਪੰਜਾਬ ਕਾਂਗਰਸ ਦਾ ਸੰਕਟ ਐਨੀ ਦਿਨੀ ਜੋ ਉਬਾਲੇ ਮਾਰ ਰਿਹਾ ਹੈ ਛੇਤੀ ਹੀ ਸ਼ਾਂਤ ਹੋਣ ਦੇ ਅਸਾਰ ਬਣਦੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਰੇਤ ਖੰਡ ਮੁੱਦੇ ਉੱਤੇ ਕੱਲ ਬਿਆਸ ਵਿਖੇ ਅਫਸਰਾਂ ਨੂੰ ਘੇਰਿਆ ਗਿਆ ਸੀ ਹੁਣ ਸੁਖਵੀਰ ਉੱਤੇ ਐਫਆਈਆਰ ਦਰਜ ਹੋਈ ਹੈ ਅੱਜ ਸੁਖਵੀਰ ਬਾਦਲ ਫਾਜ਼ਕਾ ਇਲਾਕੇ ਵਿੱਚ ਗਰਜ ਰਹੇ ਸਨ ਸੁਖਵੀਰ ਨੇ ਕਿਹਾ ਕਿ ਐਫਆਈਆਰ ਤਾਂ ਦਰਜ ਕਰਤੀ ਹੈ ਜੇ ਹਿੰਮਤ ਹੈ ਤਾਂ ਮੈਨੂੰ ਫੜ ਕੇ ਦਿਖਾਓਨ ਖਬਰ ਫਰੀਦਕੋਟ ਤੋਂ ਕੋਟਕਪੂਰਾ ਗੋਲੀकांड ਵਿੱਚ ਜਾਂਚ ਟੀਮ ਨੇ ਅੱਜ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਤੋਂ ਪੁੱਛਗਿੱਛ ਕੀਤੀ ਹੈ ਕਿਸਾਨਾਂ ਦੇ ਅੰਦੋਲਨ ਨਾਲ ਜੁੜੀਆਂ ਖਬਰਾਂ ਨਵੀਂ ਦਿੱਲੀ ਤੋਂ ਭਾਰਤੀ ਕਿਸਾਨ ਯੂਨੀਅਨ ਹਰਿਆਣਾ ਦੇ ਆਗੂ ਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਗੁਰਨਾਮ ਸਿੰਘ ਚੜੋਨੀ ਨੇ ਸੰਸਦ ਵੱਲ ਮਾਰਚ ਬਾਰੇ ਕਿਸਾਨਾਂ ਤੋਂ رائے ਮੰਗੀ ਹੈ ਉਹਨਾਂ ਕਿਹਾ ਕਿ ਪੈਦਲ ਮਾਰਚ ਸੰਸਦ ਦੇ ਸ਼ੁਰੂ ਹੋਣ ਵਾਲੇ ਮੌਨਸੂਨ ਇਜਲਾਸ ਦੌਰਾਨ ਕੱਢਣ ਦੀ ਯੋਜਨਾ ਹੈ ਉਹਨਾਂ ਕਿਹਾ ਕਿ ਮੋਰਚੇ ਦੇ ਆਗੂਆਂ ਨੂੰ ਖਦਸ਼ਾ ਹੈ ਕਿ ਸੰਸਦ ਵੱਲ ਮਾਰਚ ਕੱਢਣ ਤੋਂ ਇਹ ਹਿੰਸਕ ਹੋ ਸਕਦਾ ਹੈ ਚੜੋਨੀ ਨੇ ਸੁਝਾਅ ਦਿੱਤਾ ਹੈ ਕਿ ਸੰਸਦ ਵੱਲ ਮਾਰਚ ਕੱਟਣ ਦੌਰਾਨ ਕਿਸਾਨਾਂ ਦੇ ਹੱਥ ਬੰਨੇ ਜਾ ਸਕਦੇ ਐ ਤਾਂ ਜੋ ਇਹ ਪਛਾਣ ਹੋ ਸਕੇ ਕਿ ਉਹ ਮੋਰਚੇ ਨਾਲ ਸੰਬੰਧਤ ਹਨ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਦੇ ਹੱਥ ਨਹੀਂ ਬੰਨੇ ਹੋਣਗੇ ਤਾਂ ਉਹ ਮੋਰਚੇ ਤੇ ਨਹੀਂ ਹੋਣਗੇ ਉਹਨਾਂ ਨੇ ਕਿਹਾ ਕਿ ਪੁਲਿਸ ਕਿਸਾਨਾਂ ਨਾਲ ਜੋ ਮਰਜ਼ੀ ਵਿਵਾਰ ਕਰੇ ਪਰ ਕਿਸਾਨ ਅੱਗੋਂ ਕੋਈ ਕਾਰਵਾਈ ਨਹੀਂ ਕਰਨਗੇ ਚੜੋਨੀ ਨੇ ਕਿਹਾ ਕਿ ਬਹੁਤੇ ਲੋਕ ਹੁਣ ਅਗਲੇ ਪ੍ਰੋਗਰਾਮ ਦੀ ਉਡੀਕ ਕਰ ਰਹੇ ਨੇ ਅਰ ਸਲਾਈ رائے ਇਕੱਠੀ ਕਰਕੇ ਮੋਰਚੇ ਦੇ ਆਗੂਆਂ ਨੂੰ ਦੇ ਦਿੱਤੀ ਜਾਏਗੀ ਨਵੀਂ ਦਿੱਲੀ ਤੋਂ ਰਿਪੋਰਟਾ ਐਨਫੋਰਸਮੈਂਟ ਡਾਕਟੋਰੇਟ ਯਾਨੀ ਐਡੀ ਨੇ ਕਿਹਾ ਕਿ ਭਗੌੜੇ ਕਾਰੋਬਾਰੀ ਨੀਰਵ ਮੋਦੀ ਦੀ ਭੈਣ ਨੇ ਬਰਟੇਨ ਦੇ ਬੈਂਕ ਖਾਤੇ 'ਚੋਂ 17 ਕਰੋੜ ਰੁਪਏ ਜ਼ਿਆਦਾ ਭਾਰਤ ਸਰਕਾਰ ਨੂੰ ਭੇਜੇ ਹੈ ਪੰਜਾਬ ਨੈਸ਼ਨਲ ਬੈਂਕ ਨਾਲ 13000 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਸਹਾਇਤਾ ਕਰਨ ਬਦਲੇ ਅਪਰਾਧਿਕ ਕਾਰਵਾਈ ਤੋਂ ਉਸਦੀ ਭੈਣ ਨੂੰ ਛੋਟ ਦਿੱਤੀ ਗਈ ਸੀ ਖਬਰ ਆਈ ਹੈ ਚੰਡੀਗੜ੍ਹ ਤੋਂ ਪੰਜਾਬ ਦਾ ਕੇਂਦਰ ਸਰਕਾਰ ਵੱਲ ਜੀਐਸਟੀ ਮੁਆਵਜ਼ਾ ਵਧ ਕੇ ਹੁਣ 8495 ਕਰੋੜ ਹੋ ਗਿਆ ਹੈ ਜੂਨ ਮਹੀਨੇ 'ਚ ਜੀਐਸਟੀ ਤੋਂ ਚੰਗਾ ਮਾਲੀਆ ਇਕੱਠਾ ਹੋਣ ਵਜੋਂ 30 ਜੂਨ ਤੱਕ ਕੇਂਦਰ ਵੱਲੋਂ ਜੀਐਸਟੀ ਦੀ ਰਕਮ ਵਧ ਕੇ 8495 ਕਰੋੜ ਹੋ ਗਈ ਹੈ ਤਾਲਾ ਬੰਦੀ ਦੀਆਂ ਸਖਤ ਬੰਦਸ਼ਾਂ ਦੇ ਬਾਵਜੂਦ ਪੰਜਾਬ ਦੇ ਕਾਰੋਬਾਰੀ ਪਾਈਚਾਰੇ ਨੇ ਰਿਟਰਨ ਭਰਨ ਦੀਆਂ ਸ਼ਰਤਾਂ ਦੀ ਪਾਲਣਾ ਕਰਨ ਦੇ ਨਾਲ-ਨਾਲ ਜੂਨ 2021 ਦੌਰਾਨ ਆਪਣੇ GST ਬਕਾਇਆ ਦੀ ਅਦਾਇਗੀ ਸਮੇਂ ਸਿਰ ਕਰਕੇ ਸ਼ਾਨਦਾਰ ਸਥਿਰਤਾ ਤੇ ਸਮਰਥਾ ਵਿਖਾਈ ਹੈ ਚੰਡੀਗੜ੍ਹ ਤੋਂ ਇੱਕ ਹੋਰ ਖਬਰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢਿਆ ਸੰਘਰਸ਼ 10ਵੇਂ ਮਹੀਨੇ 'ਚ ਪ੍ਰਵੇਸ਼ ਕਰ ਗਿਆ ਹੈ ਸੂਬੇ 'ਚ ਚੱਲ ਰਹੇ ਸੰਘਰਸ਼ੀ ਅਖਾੜਿਆਂ ਨੂੰ ਸਬੋਧਨ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਆਗੂ ਕਹਿੰਦੇ ਆ ਕਿ ਭਾਜਪਾ ਸਰਕਾਰ ਨੂੰ ਕੰਨ 'ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਜੇਕਰ ਪੰਜਾਬ 'ਚ ਚੱਲ ਰਿਹਾ ਅੰਦੋਲਨ ਦੌਰਾਨ ਕਿਸਾਨਾਂ ਦਾ ਸਿੱਧਕ 9 ਮਹੀਨਿਆਂ 'ਚ ਨਹੀਂ ਡੋਲਿਆ ਤਾਂ ਭਵਿੱਖ ਵਿੱਚ ਵੀ ਅੰਦੋਲਨ ਹੋਰ ਤਿੱਖਾ ਹੋਵੇਗਾ ਤੇ ਕਿਸਾਨਾਂ ਦਾ ਸਿੱਧਕ ਬਿਲਕੁਲ ਨਹੀਂ ਡੋਲੇਗਾ कोरोना ਸੰਕਟ ਦੇ ਮੱਦੇ ਨਜ਼ਰ ਜੁੜੀਆਂ ਖਬਰਾਂ ਆ ਰਹੀਆਂ ਚੰਡੀਗੜ੍ਹ ਤੋਂ ਖਬਰ ਅਨੁਸਾਰ ਕੋਰੋਨਾ ਕਾਰਨ 24 ਘੰਟਿਆਂ 'ਚ ਪੰਜਾਬ ਤੇ ਹਰਿਆਣਾ 'ਚ 15-15 ਹੋਰ ਮੌਤਾਂ ਹੋ ਗਈਆਂ ਐ ਇਸ ਨਾਲ ਪੰਜਾਬ 'ਚ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 1672 ਤੇ ਹਰਿਆਣਾ ਵਿੱਚ 9446 ਤੀਕ ਅਪੜ ਗਿਆ ਐ ਐਸੇ ਸਮੇਂ ਪੰਜਾਬ ਚ 2961 ਐਕਟਿਵ ਕੇਸ ਹਨ ਸਿਹਤ ਵਿਭਾਗ ਕਹਿੰਦਾ ਹੈ 24 ਘੰਟਿਆਂ ਦੌਰਾਨ ਫੌਜਪੁਰ ਤੇ ਤਿੰਨ ਤਿੰਨ ਅੰਮ੍ਰਿਤਸਰ ਫਾਜ਼ਿਲਕਾ ਜਲੰਧਰ ਤੇ ਦੋ ਦੋ ਬਰਨਾਲਾ ਗੁਰਦਾਸਪੁਰ ਕਪੂਰਥਲਾ ਮੁਕਸਰ ਸਾਹਿਬ ਪਟਿਆਲਾ ਤੇ ਰੋਪੜ ਤੋਂ ਇੱਕ ਇੱਕ ਜਣੇ ਦੀ ਕਰੋਨਾ ਨਾਲ ਮੌਤ ਹੋਣ ਦੀ ਖਬਰ ਆ ਰਹੀ ਹੈ ਅੱਜ ਅੰਮ੍ਰਿਤਸਰ ਸਾਹਿਬ ਵਿਖੇ ਕਰੋਨਾ ਦੇ 16 ਨਵੇਂ ਕੇਸ ਆਏ ਨੇ ਭਾਰਤ ਦੀ ਜੇ ਗੱਲ ਕਰੀਏ 24 ਘੰਟਿਆਂ ਦੀ 24 ਘੰਟਿਆਂ ਦੇ ਵਿੱਚ ਭਾਰਤ ਵਿੱਚ ਜਿਹੜੇ ਨਵੇਂ ਕੇਸ ਆਏ ਹੈ 46000 ਉਹਨਾਂ ਦੀ ਗਿਣਤੀ ਹੈ ਅੱਜ ਦੀ ਔਰ ਜਿਹੜੀਆਂ 24 ਘੰਟੇ ਮੌਤਾਂ ਹੋਈਆਂ ਉਹਨਾਂ ਦੀ ਗਿਣਤੀ 853 ਬਣਦੀ ਹੈ। ਭਾਰਤ ਵਿੱਚ ਗਰਮੀ ਪੈਰੀ ਹੈ, ਮੌਸਮ ਬੜਾ ਗਰਮ ਹੈ। ਪੰਜਾਬ ਦੇ ਵਿੱਚ ਬਿਜਲੀ ਨਾ ਆਉਣ ਕਾਰਨ ਹਾਹਾਕਾਰ ਮੱਚੀ ਹੋਈ ਹੈ ਔਰ ਕੈਨੇਡਾ ਵਿੱਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਕਿੰਨੀ ਹੋ ਚੁੱਕੀ ਹੈ? ਇਹ ਸਾਰਾ ਹਾਲ ਹਵਾਲ ਖਬਰਾਂ ਦੇ ਦੂਜੇ ਹਿੱਸੇ 'ਚ ਪੇ ਜੀ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਪੰਜ ਜੀ ਦੋਸਤੋ ਨਿੰਦਰ ਕੁ ਗਿਆਨ ਮੀਤੋ ਸੁਣੋ ਖਬਰਾਂ ਦਾ ਦੂਜਾ ਹਿਸਾਬ ਪੰਜਾਬ 'ਚ ਬਿਜਲੀ ਸੰਕਟ ਡੂੰਗਾ ਡੂੰਗਾ ਹੋ ਰਿਹਾ ਹੈ ਪੰਜਾਬ 'ਚ ਬਿਜਲੀ ਸੰਕਟ ਸਰਕਾਰ ਲਈ ਗਲੇ ਦੀ ਹੱਡੀ ਬਣ ਗਿਆ ਹੈ ਬਿਜਲੀ ਦੇ ਕਟਾ ਤੋਂ ਲੋਕਾਂ 'ਚ ਹਾਹਾਕਾਰ ਹੈ ਔਰ ਥਾਂ ਥਾਂ ਕਹਿਰ ਦੀ ਗਰਮੀ 'ਚ ਲੋਕ ਸਰਕਾਰ ਦਾ ਪਿੱਠ ਸਿਆਪਾ ਕਰ ਰਹੇ ਨੇ ਬਿਜਲੀ ਮੁੱਦੇ ਤੇ ਸਰਕਾਰ ਨੂੰ ਚੌਥੀ ਤਰਫਾ ਘੇਰਿਆ ਜਾ ਰਿਹਾ ਹੈ ਵਿਰੋਧੀ ਧਿਰਾਂ ਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਸਰਕਾਰ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਜਿੱਥੇ ਭਾਜਪਾ ਕੈਪਟਨ ਨੂੰ ਨਿੰਦਰੀ ਹੈ ਉੱਥੇ ਆਮ ਆਦਮੀ ਪਾਰਟੀ ਵੀ ਕੈਪਟਨ ਨੂੰ ਖੰਡ ਪਾ ਰਹੀ ਹੈ ਤੇ ਸੁਖਬੀਰ ਸਿੰਘ ਬਾਦਲ ਕਾਲੀ ਦਲ ਦੇ ਪ੍ਰਧਾਨ ਵੀ ਕੈਪਟਨ ਨੂੰ ਆੜੇ ਹੱਥੀਂ ਇਸ ਮੁੱਦੇ ਤੇ ਲੈ ਰਹੇ ਨੇ ਕਿਸਾਨਾਂ ਦੇ ਵਿੱਚ ਰੋਸ ਤੇ ਜੋਸ਼ ਵਧ ਰਿਹਾ ਹੈ ਕਿਉਂਕਿ ਬਿਜਲੀ ਨਾ ਹੋਣ ਕਾਰਨ ਝੋਨਾ ਸੁੱਕਣ ਲੱਗਾ ਸੋਕੇ ਵਰਗੇ ਹਾਲਾਤਾਂ ਵੱਲ ਪੰਜਾਬ ਵੱਧ ਰਿਹਾ ਹੈ ਬਰਨਾਲਾ ਦੇ ਟੱਲੇ ਬਾਲ ਤੋਂ ਖਬਰ ਸੂਬੇ ਵਿੱਚ ਦਿਨ-ਦਿਨ ਵਧਰੀ ਗਰਮੀ ਕਾਰਨ ਬਿਜਲੀ ਦੀ ਮੰਗ ਵਧੀ ਹੈ ਪਰ ਮੰਗ ਨਾ ਪੂਰੀ ਹੋਣ ਕਾਰਨ ਬਿਜਲੀ ਵਿਭਾਗ ਵੱਲੋਂ ਲਾਏ ਕਟਾਂ ਤੋਂ ਲੋਕਾਂ ਨੇ ਪਰੇਸ਼ਾਨ ਹੋ ਕੇ ਚੀਮਾ ਦੇ ਬਿਜਲੀ ਗ੍ਰਿਡ 'ਚ ਰੋਸ ਮਜ਼ਹਰਾ ਕੀਤਾ ਹੈ ਮਾਨਸਾ ਦੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਵੱਲੋਂ ਮੋਟਰਾਂ ਤੋਂ ਕਰੇਲੂ ਬਿਜਲੀ ਸਪਲਾਈ ਦੇ ਮਾੜੇ ਹਾਲਤ ਤੋਂ ਦੁਖੀ ਹੋ ਕੇ ਮਾਨਸਾ ਕੈਂਚੀਆਂ ਗ੍ਰਿਡ ਅੱਗੇ ਧਰਨਾ ਦਿੱਤਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹੈ ਸੰਗਤ ਪੰਡਿਤੋਂ ਖਬਰ ਬਿਜਲੀ ਕਟਾ ਤੋਂ ਪਰੇਸ਼ਾਨ ਸੰਗਤ ਬਲਾਕ ਦੇ ਗਹਿਰੀ ਬੁੱਟਰ ਦੋਨੇਵਾਲਾ ਜੈ ਸਿੰਘ ਫੁੱਲੋ ਮਿੱਠੀ ਆਦੇ ਪਿੰਡਾਂ ਚ ਲੋਕਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਆਗੂਆਂ ਦੀ ਅਗਵਾਈ ਹੇਠ ਰੋਜ਼ ਪ੍ਰਦਰਸ਼ਨ ਕੀਤਾ ਹੈ ਇਸ ਤਰ੍ਹਾਂ ਦੀਆਂ ਖਬਰਾਂ ਵੱਖ-ਵੱਖ ਥਾਵਾਂ ਤੋਂ ਰੋਜ਼ ਪ੍ਰਦਰਸ਼ਨਾਂ ਦੀਆਂ ਆ ਰਹੀਆਂ ਦੂਜੇ ਪਾਸੇ ਕੁਦਰਤ ਯਾਨੀ ਜਿਹੜਾ ਇੰਦਰ ਦੇਵਤਾ ਉਹ ਵੀ ਕਹਿਰਵਾਨ ਹੋਇਆ ਬੈਠਾ ਹੈ ਇਸ ਦੌਰਾਨ ਮੌਸਮ ਮਹਿਕਮੇ ਦੀ ਕੱਲ ਤੱਕ ਪਾਰੀ ਦੇ 43 ਡਿਗਰੀ ਤੋਂ ਉੱਪਰ ਜਾਣ ਦਾ ਖ਼ਦਸ਼ਾ ਹੈ ਐਤਵਾਰ ਤੱਕ ਕੋਈ ਮੀਂਹ ਪੈਣ ਦੀ ਉਮੀਦ ਵੀ ਨਹੀਂ ਗਰਮੀ ਨੇ ਦੁਕਾਨਦਾਰਾਂ ਤੇ ਹੋਰ ਢੀਜੀ ਸਵਾਵਾਂ ਤੇ ਡਾਡਾ ਮਾੜਾ ਅਸਰ ਪਾ ਦਿੱਤਾ ਐਂਜੀ ਕਈ ਬੱਚੇ ਪਾਣੀ ਦੀ ਘਾਟ ਤੇ ਡੈਰੀਆ ਦਾ ਸ਼ਿਕਾਰ ਹੋ ਰਹੇ ਨੇ ਹਸਪਤਾਲਾਂ 'ਚ ਮਰੀਜ਼ਾਂ ਦੀਆਂ ਹੋਰ ਪੀੜਾਂ ਹਨ ਪਰ ਹਸਪਤਾਲਾਂ 'ਚ ਵੀ ਬਿਜਲੀ ਗੁੱਲ ਹੈ ਜ਼ਿਆਦਾਤਰ ਬੱਚੇ ਘਰਾਂ ਅੰਦਰ ਰਹਿਣ ਲਈ ਮਜਬੂਰ ਨੇ ਬੱਸਾਂ 'ਚ ਵੀ ਦੁਪਹਿਰ ਸਮੇਂ ਮੁਸਾਫਰਾਂ ਦੀ ਗਿਣਤੀ ਕਾਫੀ ਘਟ ਰਹੀ ਹੈ ਸਫ਼ਰ ਕਰਨ ਵਾਲੇ ਲੋਕਾਂ ਨੂੰ ਵੀ ਗਰਮੀ ਨੇ ਹਾਲੋਂ ਬਿਹਾਲ ਕੀਤਾ ਜੇ ਕੋਈ ਜਾਣਾ ਚਾਹੁੰਦਾ ਹੈ ਏਸੀ ਬੱਸ ਲੱਭਦਾ ਚੰਡੀਗੜ੍ਹ ਵੱਲ ਤੇ ਦਿੱਲੀ ਵੱਲ ਏਸੀ ਬੱਸਾਂ ਭਰੀਆਂ ਜਾਂਦੀਆਂ ਲੋਕ ਦੁਪਹਿਰ ਵੇਲੇ ਘਰਾਂ 'ਚ ਛਤਰੀਆਂ ਲੈ ਕੇ ਨਿਕਲਣ ਲੱਗੇ ਆ ਜਾਂ ਗਿੱਲੇ ਸਾਫੇ ਪਾਣੀ ਦੇ ਕਰਕੇ ਪਰਨੇ ਕਰਕੇ ਸਿਰਾਂ ਤੇ ਓੜਦੇ ਆ ਗਰਮੀ ਕਾਰਨ ਕੂਲਰ ਤੇ ਪੱਖੇ ਵੀ ਫੇਲ ਸਾਫ ਤੋਰੇ ਨੇ ਕੂਲਰਾਂ ਦੀਆਂ ਦੁਕਾਨਾਂ ਤੇ ਬਹੁਤ ਪੀੜਾ ਨੇ ਔਰ ਨਾਲ ਦੀ ਨਾਲ ਪੱਖੀਆਂ ਜਿਹੜੀਆਂ ਹੱਥ ਨਾਲ ਝੱਲੀਆਂ ਜਾਂਦੀਆਂ ਉਹਨਾਂ ਦੀ ਵੀ ਮੰਗ ਬਜ਼ਾਰਾਂ 'ਚ ਵਧਣ ਲੱਗੀ ਐ ਡਾਕਟਰਾਂ ਨੇ ਗਰਮੀ ਤੋਂ ਬਚਾ ਲਈ ਲੋਕਾਂ ਨੂੰ ਵੱਧ ਤੋਂ ਵੱਧ ਪਾਣੀ ਤੇ ਫਲਾਸ ਸਮੇਤ ਠੰਡੀ ਤਸਵੀਰ ਵਾਲੀਆਂ ਚੀਜ਼ਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਐ ਔਰ ਨਾਲ ਦੀ ਨਾਲ ਤੁਹਾਨੂੰ ਦੱਸੀਏ ਜਿਹੜਾ ਪੰਜਾਬ ਦੇ ਵਿੱਚ ਹਾਲਾਤ ਕਿਸ ਤਰ੍ਹਾਂ ਦੇ ਨੇ ਇਸ ਤੋਂ ਪਹਿਲਾਂ ਦਿੱਲੀ ਤੋਂ ਆਈ ਇੱਕ ਰਿਪੋਰਟ ਕਹਿੰਦੀ ਐ ਕਿ ਉੱਤਰੀ ਭਾਰਤ ਨੂੰ ਅਜੇ 2 ਦਿਨ ਹੋਰ ਸਖਤ ਗਰਮੀ ਤੋਂ ਲੋ ਦੀ ਤਪਸ਼ ਤੋਂ ਰਾਹਤ ਮਿਲਦੀ ਕੋਈ ਆਸ ਨਹੀਂ ਭਾਰਤੀ ਮੌਸਮ ਵਿਭਾਗ ਨੇ ਆਖਿਆ ਪੰਜਾਬ ਹਰਿਆਣਾ ਦਿੱਲੀ ਉੱਤਰੀ ਰਾਜਸਥਾਨ ਤੇ ਉੱਤਰ ਪ੍ਰਦੇਸ਼ 'ਚ ਅਗਲੇ 2 ਦਿਨ ਤਿੱਖੀ ਗਰਮੀ ਵਾਲੇ ਹਾਲਾਤ ਬਣੇ ਰਹਿਣਗੇ ਮੌਸਮੀ ਮਾਰਕ ਕਹਿੰਦੇ ਆ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਪੱਛਮੀ ਉੱਤਰ ਪ੍ਰਦੇਸ਼ ਉੱਤਰ ਪੱਛਮੀ ਰਾਜਸਥਾਨ ਤੇ ਉੱਤਰ ਪੱਛਮੀ ਮੱਧ ਪ੍ਰਦੇਸ਼ ਚ ਬਹੁਤੀਆਂ ਥਾਵਾਂ ਤੇ ਲੋ ਵਗਣ ਤੇ ਤਿੱਖੀ ਗਰਮੀ ਪੈਣ ਦੀਆਂ ਰਿਪੋਰਟਾਂ ਮੌਸਮ ਵਿਭਾਗ ਨੇ ਕਿਹਾ ਹੈ ਪਾਕਿਸਤਾਨ ਤੋਂ ਉੱਤਰ ਪੱਛਮੀ ਭਾਰਤ ਚ ਵਗ ਰਹੀਆਂ ਖੁਸ਼ਕ ਪੱਛਮੀ ਤੇ ਦੱਖਣੀ ਹਵਾਵਾਂ ਕਰਕੇ ਅਗਲੇ 2 ਦਿਨ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਮੱਧ ਪ੍ਰਦੇਸ਼ ਚ ਤਿੱਖੀ ਗਰਮੀ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਦੂਜੇ ਪਾਸੇ ਚੰਡੀਗੜ੍ਹ ਤੋਂ ਰਿਪੋਰਟ ਪੰਜਾਬ 'ਚ ਬਿਜਲੀ ਕਟਾਉਣ ਨੂੰ ਲੈ ਕੇ ਵੱਧ ਰੇ ਰੋ ਦਰਮਿਆਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਉੱਚ ਪੱਧਰੀ ਮੀਟਿੰਗ ਸੱਦੀ ਔਰ ਸਰਕਾਰੀ ਦਫ਼ਤਰਾਂ ਦਾ ਸਮਾਂ ਕਟਾ ਕੇ ਬਿਜਲੀ ਦੀ ਵੱਧ ਖਪਤ ਵਾਲੀਆਂ ਸੰਸਥਾਾਂ ਦੀ ਸਪਲਾਈ 'ਚ ਤੁਰੰਤ ਪ੍ਰਭਾਵ ਨਾਲ ਕਟੌਤੀ ਕਰਦੇ ਹੁਕਮ ਦਿੱਤੇ ਨਵੇਂ ਹੁਕਮ ਤਹਿਤ ਸਰਕਾਰੀ ਦਫ਼ਤਰ ਹੁਣ ਸਵੇਰੇ 8 ਵਜੇ ਤੋਂ ਲੱਗਿਆ ਕਰਨਗੇ 2 ਵਜੇ ਤੱਕ ਦੁਪਹਿਰੇ ਮੁੱਖ ਮੰਤਰੀ ਨੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਆਪਣੇ ਆਪਣੇ ਦਫ਼ਤਰਾਂ 'ਚ ਬਿਜਲੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਗਰਮੀ ਵਧਣ ਕਰਕੇ ਸੂਬੇ 'ਚ ਬਿਜਲੀ ਦੀ ਮੰਗ 14500 ਮੈਗਾਵਾਟ ਤੱਕ ਅੱਪੜ ਸਰਕਾਰੀ ਬਲਾਰੇ ਕਹਿੰਦੇ ਆ ਕਿ ਸਰਕਾਰੀ ਦਫਤਰਾਂ 'ਚ 에어 ਕੰਡੀਸ਼ਨ ਦੀ ਵਰਤੋਂ ਤੇ ਵੀ ਪਾਬੰਦੀ ਲਾਉਣ ਬਾਰੇ ਹੁਕਮ ਕਰ ਦਿੱਤੇ ਨੇ ਇਸੀ ਭਾਰਤ ਦੇ ਹਾਲਾਤ ਤੇ ਗੱਲ ਕਰਦੇ ਆ ਕੈਨੇਡਾ ਦੀ ਵੈਨਕੂਵਰ ਤੋਂ ਗੁਰਬ ਮਲਕੀਅਤ ਕਾਹਲੋਂ ਲਿਖਦਾ ਹੈ ਕੈਨੇਡਾ ਚ ਲੰਘੇ ਹਫਤੇ ਤੋਂ ਪੈਰੀਅਤ ਦੀ ਗਰਮੀ ਕਾਰਨ ਹੁਣ ਤੱਕ 600 ਤੋਂ ਵੱਧ ਵਿਅਕਤੀਆਂ ਦੀ ਮੌਤਾਂ ਹੋ ਚੁੱਕੀਆਂ ਮਰਨ ਵਾਲਿਆਂ ਚ 486 ਲੋਕ ਤਾਂ ਇਕੱਲੇ ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ BC ਨਾਲ ਸੰਬੰਧ ਰੱਖਦੇ ਐ ਮ੍ਰਿਤਕਾਂ ਚ ਜ਼ਿਆਦਾਤਰ ਬਜ਼ੁਰਗ ਲੋਕ ਸ਼ਾਮਲ ਨੇ ਹਾਲਾਂਕਿ BC ਚ ਸਿਰਫ 15 ਫੀਸਦੀ ਕੈਨੇਡੀਅਨ ਲੋਕ ਵਸਦੇ ਨੇ ਪਰ ਇੱਥੋਂ ਦਾ ਮੌਸਮ ਅਕਸਰ ਸਾਵਾ ਜਿਹਾ ਰਹਿਣ ਕਰਕੇ ਲੋਕ ਗਰਮੀ برداشت ਨਹੀਂ ਕਰ ਸਕ ਰਹੇ ਇਸ ਸੂਬੇ ਵਿੱਚ ਪਾਰਾ ਪਹਿਲੀ ਵਾਰ 30 ਤੋਂ ਉੱਪਰ ਟੱਪ ਕੇ ਸਿੱਧਾ 48 ਤੋਂ 50 ਡਿਗਰੀ ਤੱਕ ਅਪੜਨ ਕਾਰਨ ਹਾਲਾਤ ਜਿਹਾ ਬਣ ਗਏ ਅਚਨਚੇਤ ਮੰਗ ਵਧਨ ਕਰਕੇ ਪੱਖਿਆਂ ਦੀ ਕੀਮਤਾਂ 'ਚ ਤਿੰਨ ਗੁਣਾ ਉਛਾਲ ਆਇਆ ਹੈ ਸਪਲਾਇਰ ਚੀਨ ਤੇ ਹਵਾਈ ਰਸਤੇ ਪੱਖੇ ਮੰਗਵਾਏ ਜਾ ਰਹੇ ਨੇ ਬ੍ਰਿਟਿਸ਼ ਕੋਲੰਬੀਆ 'ਚ ਮੌਤਾਂ ਕਾਰਨ ਅੰਕੜੇ ਇਕੱਠੇ ਕਰਨ ਵਾਲੇ ਵਿਭਾਗ ਕੋਰੋਨਰ ਸਰਵਿਸਿਜ਼ ਅਨੁਸਾਰ ਇਕੱਲੇ BC ਵਿੱਚ 486 ਵਿਅਕਤੀਆਂ ਦੀਆਂ ਮੌਤਾਂ ਹੋਈਆਂ ਇਸ ਦੇ ਕਾਰਨਾਂ ਨੂੰ ਗਰਮੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਐਂਬੂਲੈਂਸ ਸੇਵਾਵਾਂ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਟ੍ਰੋਏ ਕੋਲੀਫੋਰਡ ਅਨੁਸਾਰ ਬੀਤੇ 5 ਦਿਨਾਂ ਤੋਂ ਉਹਨਾਂ ਲਈ ਮੰਗ ਅਨੁਸਾਰ ਸੇਵਾਵਾਂ ਦੇਣਾ ਔਖਾ ਹੋਇਆ ਪਿਆ ਉਸਨੇ ਦੱਸਿਆ ਕਿ ਹਮਲੇ ਦੀ ਘਾਟ ਕਰਨ ਨਾਲ ਨਾਲ ਗੱਡੀਆਂ ਦਾ ਇੰਨੀ ਗਰਮੀ 'ਚ ਲੰਬੀ ਵਾਰਡ ਤੱਕ ਤੇਜ਼ ਰਫ਼ਤਾਰ ਚੱਲਣਾ ਔਖਾ ਹੋ ਗਿਆ ਹੈ ਪ੍ਰੀਮੀਅਰ ਯਾਨੀ ਮੁੱਖ ਮੰਤਰੀ ਜੌਹਨ ਹਾਰਗਨ ਨੇ ਮੌਤਾਂ ਉੱਤੇ ਦੁੱਖ ਪ੍ਰਗਟ ਕਰਦਿਆਂ ਕੁਦਰਤੀ ਕਰੋਪੀ ਅੱਗੇ ਬੇਬਸੀ ਪ੍ਰਗਟਾਈ ਹੈ 온ਟਾਰੀਓ ਸਸਕਾਚਵਾਨ ਲਾਬਾਟਾ ਮਿਨੀਟੋਬਾ ਕਯੂਬਿਕ ਵਿੱਚ ਗਰਮੀ ਕਾਰਨ 124 ਮੌਤਾਂ ਹੋਣ ਦੀਆਂ ਖਬਰਾਂ ਆਈਆਂ ਨੇ ਵੈਨਕੂਵਰ ਕੈਨੇਡਾ ਵਿੱਚ ਕਰੋਨਾ ਵਾਇਰਸ ਕਾਰਨ 67 ਹਫਤੇ ਪਹਿਲਾਂ ਲੱਗੀ ਐਮਰਜੈਂਸੀ ਹਟ ਗਈ ਹੈ ਬ੍ਰਿਟਿਸ਼ ਕੋਲੰਬੀਆ ਯਾਨੀ BC ਦੀ ਸੂਬਾ ਸਰਕਾਰ ਨੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਘਰੋਂ ਬਾਹਰ ਮਾਸਕ ਪਹਿਨਣ ਦੀ ਪਾਬੰਦੀ ਹਟਾ ਕੇ ਇਸ ਨੂੰ ਲੋਕਾਂ ਦੀ ਮਰਜ਼ੀ ਤੇ ਛੱਡ ਦਿੱਤਾ ਗਿਆ ਹੈ ਕੈਨੇਡਾ ਅਮਰੀਕਾ ਸੜਕੀ ਰਸਤੇ ਕੁਝ ਸ਼ਰਤਾਂ ਅਨੁਸਾਰ 5 ਜੁਲਾਈ ਤੋਂ ਖੁੱਲੇ ਜਾਣ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਦੋਸਤੋ ਨਿੰਦਰ ਕੁ ਗਿਆਨਮੀ ਤੋਂ ਖਬਰਾਂ ਦਾ ਦੂਜਾ ਹਿੱਸਾ ਸੁਣ ਰਹੇ ਸੀ ਅੱਜ ਦੀਆਂ ਖਬਰਾਂ ਇੱਥੇ ਮੁਕਤੀਆਂ ਦੇ ਉਜਾਜ਼ ਤਾਪਾਂ ਕੱਲ ਮਿਲਦੇ ਹਾਂ